ਮੰਗਾ ਸਿੰਘ ਅੰਟਾਲ ਦੀ ਪੁਸਤਕ ਸ਼ਰਾਰਤੀ ਤਤ ਦਾ ਕਾਂਡ ਸਸਤਾ ਕਤਲ ਤੇ ਅਸੀਨ ਦਾ ਅਗਲਾ ਪਾਗ ਉਹ ਮੇਰਾ ਤੇ ਮੈਡਮ ਦਾ ਉਹ ਕੁਝ ਦਿਨ ਜ਼ਿਆਦਾ ਹੀ ਮਾੜਾ ਸੀ ਟੋਨੀ ਹੁਣ ਠੀਕ ਸੀ ਉਹ ਸ਼ਾਇਦ ਭੁੱਲ ਚੁੱਕਿਆ ਸੀ ਗਾਂ ਦੇ ਮਾਸ ਵਾਲੇ ਕਾਂਡ ਨੂੰ ਸਾਡੀ ਬੇਇੱਜ਼ਤੀ ਵਾਲੀ ਗੱਡੀ ਨੂੰ ਬ੍ਰੇਕ ਮਸਾਂ ਹੀ ਲੱਗੇ ਸੀ ਹੋਰ ਸੁਣੋ ਬ੍ਰੇਕ ਤੋਂ ਬਾਅਦ ਵਾਲਾ ਐਪੀਸੋਡ ਹੋਰ ਵੀ ਭੜਾ ਵਾਪ ਮੇਰੇ ਤੇ ਟੋਨੀ ਦੇ ਜ਼ਿਹਨ 'ਚ ਫਿਕਰ ਸੀ ਵੀ ਇੱਥੇ ਦੇਰ ਹੋ ਗਈ ਫਿਰ ਬੇਅਰਾਮੀ ਵਿੱਚ ਮੈਚ ਵੀ ਨਹੀਂ ਖੇਡਿਆ ਜਾਣਾ ਮੈਚ ਵੀ ਗਾਹਾਂ ਮਾੜੀ-ਮੁੱਟੀ ਟੀਮ ਨਾਲ ਨਹੀਂ ਸੀ ਦਿੱਲੀ ਵਾਲੇ ਸ਼ਿਵ ਕੋਚ ਦੀ ਟੀਮ ਨਾਲ ਸੀ ਉਹ ਵੀ ਰਾਤ ਦੇ 12 ਵਜੇ ਉਹਨਾਂ ਵਕਤਾਂ 'ਚ ਕਬੱਡੀ ਵਾਲੇ ਆਮ ਗੱਲ ਕਰਦੇ ਹੁੰਦੇ ਵੀ ਸ਼ਿਵ ਕੋਚ ਪਿੰਡ ਦੀ ਟੀਮ ਨੂੰ ਵੀ ਨੈਸ਼ਨਲ ਚੈਂਪੀਅਨ ਬਣਾ ਦਿੰਦਾ ਕਮਾਲ ਦਾ ਤਜਰਬਾ ਸੀ ਮੈਚ ਜਿਤਾਉਣ ਦਾ ਉਸ ਸਾਲ ਟੀਮ ਦੀ ਉਹੀ ਟੀਮ ਦੀ ਉਹੀ ਸੀ ਜਿਹਨੂੰ ਹਰਿਆਣੇ ਨੇ ਵਾਧੂ ਖਿਡਾਰੀਆਂ ਵਿੱਚ ਵੀ ਥਾਂ ਨਹੀਂ ਸੀ ਦਿੱਤੀ ਪਰ ਕਮਾਲ ਦੇਖੋ ਦਿੱਲੀ ਨੇ ਹਰਿਆਣੇ ਨੂੰ ਵੱਧੂ ਤੇਲ ਦਿੱਤਾ ਸੀ 55-32 ਦੇ ਫਰਕ ਨਾਲ ਹਰਾ ਕੇ ਖੈਰ ਮੈਡਮ ਉਸ ਮੇਜ਼ਬਾਨ ਜੋੜੇ ਤੋਂ ਅੰਗਰੇਜ਼ੀ 'ਚ ਜਾਣਕਾਰੀ ਲੈ ਰਹੀ ਸੀ ਮੈਮ ਤੁਸੀਂ ਕਿੱਥੋਂ ਬਿਲੋਂਗ ਕਰਦੇ ਜੀ ਵਾਟ ਇਜ਼ ਯੂ ਆਰ ਵਾਟਸ ਯੋਰ ਅਕੂਪੇਸ਼ਨ ਮੋਸ਼ਨ ਜਿਹਾ ਬਣਾ ਕੇ ਮੈਡਮ ਨੇ ਪੁੱਛਿਆ ਸਾਡਾ ਪਛੋਕੜ ਜਲੰਧਰ ਤੋਂ ਹੈ ਅਸੀਂ ਦੋਵੇਂ ਭਾਰਤੀ ਟੀਮ ਦੇ ਖਿਡਾਰੀ ਹਾਂ ਕਲੱਬ ਟੂਰਨਾਮੈਂਟ ਅਸੀਂ ਮੋਹਨ ਬਾਗਾਂ ਵਾਲੋ ਖੇਡਦੇ ਹਾਂ ਉਨੇ ਬਿਨਾਂ ਕੋਈ ਵੀ ਸ਼ਬਦ ਅੰਗਰੇਜ਼ੀ ਹਿੰਦੀ ਦਾ ਵਰਤੇ ਉੱਤਰ ਦਿੱਤਾ ਤੇ ਅੱਗੇ ਦੱਸਦੀ ਬੋਲੀ ਭਾਰਤੀ ਹਾਕੀ ਟੀਮ ਦਾ ਖਿਡਾਰੀ ਹਰਪ੍ਰੀਤ ਸਿੰਘ ਇਹਨਾਂ ਦਾ ਛੋਟਾ ਭਰਾ ਵਾ ਅਸੀਂ ਦੋਵੇਂ ਰੇਲਵੇ 'ਚ ਨੌਕਰੀ ਕਰਦੇ ਹਾਂ ਉਹ ਬਹੁਤ ਪਿਆਰਦੀ ਆਪਣਾ ਅੱਥਰੂ ਚ ਬੋਲੀ ਸੀ ਪਰ ਅਸੀਂ ਬੜੇ ਹੈਰਾਨ ਸਾਨੂੰ 10ਵੀਂ 11ਵੀਂ ਵਾਲਿਆਂ ਨੂੰ ਤਾਂ ਸਮਝ ਲੱਗ ਰਹੀ ਸੀ ਕਿ ਉਹ ਖੂਬਸੂਰਤ ਤੌਰਤ ਪੰਜਾਬੀ ਬੋਲ ਸੁਣ ਕੇ ਆਨੰਦ ਲੈ ਰਹੀ ਹੈ ਪਰ ਸਾਡੀ ਮੈਡਮ ਨੂੰ ਕੋਈ ਖਬਰ ਨਹੀਂ ਸੀ ਉਹ ਆਪਣਾ ਮੋਸ਼ਨ ਬਣਾ ਬਣਾ ਕੇ ਅੰਗਰੇਜ਼ੀ ਬੋਲਦੀ ਰਹੀ ਉਹਨੂੰ ਫੇਰ ਵੀ ਸਮਝ ਨਾ ਲੱਗੀ ਜਦੋਂ ਉਹਨੇ ਕਿਹਾ ਭੈਣ ਜੀ ਤੁਹਾਨੂੰ ਪੰਜਾਬੀ ਬੋਲਦੇ ਆ ਕੋਈ ਔਖ ਤੇ ਨਹੀਂ ਹੋਣ ਡਈ ਸਾਨੂੰ ਤੇ ਕੋਈ ਮਸਾ ਮਿਲਦਾ ਜੇ ਪੰਜਾਬੀ ਤੋਂ ਪੰਜਾਬ ਤੋਂ ਆਇਆ ਮੈਡਮ ਵਿਚਾਰੀ ਫੋਕੇ ਸ਼ਿਸ਼ਟਾਚਾਰ ਦੀ ਮਾਰੀ ਅੰਗਰੇਜ਼ੀ ਨੂੰ ਭੁਜਾਈ ਤੁਰੀ ਜਾਵੇ ਜਿੰਨੀ ਦੇਰ ਉਹ ਖੂਬਸੂਰਤ ਔਰਤ ਘਰ ਦੀ ਰਸੋਈ ਚ ਰਹੀ ਉਹਨੇ ਦੇ ਰਸਿਓ ਦੇ ਪਤੀ ਨਾਲ ਸਾਰਾ ਘਰ ਦੇਖਦੇ ਰਹੇ ਉੱਥੇ ਸਿਰਫ ਫੁੱਟਬਾਲਰਾਂ ਦੀਆਂ ਹੀ ਤਸਵੀਰਾਂ ਨਹੀਂ ਸੀ ਬਲਕਿ ਕਬੱਡੀ ਖਿਡਾਰੀ ਸਰਦਾਰ ਬਲਵਿੰਦਰ ਸਿੰਘ ਫਿੱਡੂ ਤੇ ਹਰਜੀਤ ਬਰਾੜ ਨੂੰ ਵੀ ਟੁਕਵੀਂ ਥਾਂ ਦਿੱਤੀ ਹੋਈ ਸੀ ਇੱਕ ਹੋਰ ਜੋ ਕਮਾਲ ਦੀ ਗੱਲ ਸੀ ਰਵਿੰਦਰਨਾਥ ਟੈਗੋਰ ਜੀ ਦੇ ਬਰਾਬਰ ਸਵਾਮੀ ਡੰਡੀ ਜੀ ਸਨਿਆਸੀ ਦੀ ਤਸਵੀਰ ਲੱਗੀ ਹੋਈ ਅਸੀਂ ਉਸ ਬਾਰੇ ਪੁੱਛਣ ਲੱਗੇ ਤਾਂ ਸਾਡੇ ਪੁੱਛਣ ਤੋਂ ਉਹਨੂੰ ਲੱਗਿਆ ਕਿ ਉਹਨੂੰ ਅਸੀਂ ਕੋਈ ਤਾੰਤ੍ਰਿਕ ਬਾਬਾ ਸਮਝ ਰਹੇ ਹਾਂ ਇਹ ਕੋਈ ਸਾਡੇ ਤਾੰਤ੍ਰਿਕ ਗੁਰੂ ਜੀ ਵਗੈਰਾ ਨਹੀਂ ਇਹ ਤਾਂ ਬਹੁਤ ਵੱਡੇ ਚਿੰਤਕ ਹੋਏ ਨੇ ਪੰਜਾਬ ਚੋਂ ਜਿਵੇਂ ਮਹਾਰਾਸ਼ਟਰ ਚੋਂ ਜੂਤੀਬਾਬ ਫੂਲੇ ਪਰ ਉਦੋਂ ਸਾਨੂੰ ਇਹ ਸਭ ਕਾਲਾ ਅਖਰ ਮੈਂ ਮੱਝ ਬਰਾਬਰ ਹੀ ਲੱਗਾ ਸੀ ਉਹਨਾਂ ਨੇ ਵੀ ਸਮਝ ਲਿਆ ਵੀ ਇਹਨਾਂ ਨੂੰ ਕਿੱਥੇ ਪਤਾ ਹੋਣਾ ਹੈ ਸਵਾਮੀ ਤੀਰਤਰਾਮ ਜੀ ਬਾਰੇ ਉਹਨਾਂ ਹੋਰ ਦੱਸਣਾ ਮੁਨਾਸਬ ਨਾ ਸਮਝਿਆ ਰਸੋਈ ਚੋਂ ਜਿਹੜਾ ਥੋੜਾ ਬਹੁਤਾ ਖੜਕਾ ਸੁਣ ਰਿਹਾ ਸੀ ਹੁਣ ਬੰਦ ਹੋ ਗਿਆ ਹੋਰ ਕਿਸੇ ਨੂੰ ਤਾਂ ਭਾਵੇਂ ਪਹਿਲਾਂ ਵੀ ਨਾ ਸੁਣਦਾ ਹੋਵੇ ਪਰ ਮੈਨੂੰ ਤੇ ਟੋਨੀ ਨੂੰ ਤਾਂ ਉਹ ਆਵਾਜ਼ ਵੀ ਸੁਣ ਰਹੀ ਸੀ ਜਿਹੜੀ ਮੱਛੀ ਦੇ ਪੀਸ ਨੂੰ ਵੇਸਣ ਚ ਲਵੇੜ ਕੇ ਕੜਾਈ ਚ ਸੁੱਟਣ ਦੇ ਆ ਰਹੀ ਸੀ ਸਰੜਲ ਸਰੜਨ ਰਸੋਈ ਚੋਂ ਆਵਾਜ਼ ਜਿਵੇਂ ਤੁਰ ਕੇ ਆਈ ਹੋਵੇ ਆਜੋ ਪਕੌੜੇ ਤਿਆਰ ਨੇ ਬੇਟਾ ਸੌਸ ਦੀ ਬੋਤਲ ਲੈ ਕੇ ਜਾ ਉਹ ਰੋਚੀ ਚੋ ਡਾਈਨਿੰਗ ਟੇਬਲ ਤੇ ਸਮਾਨ ਰੱਖਣੋਂ ਦੀ ਬੋਲ ਰਹੀ ਸੀ ਨੰਨੀ ਪਰੀ ਸੌਸ ਲੈਨ ਚਲੇਗੀ ਅਸੀਂ ਕੁਰਸੀਆਂ ਮੰਗ ਲਈਆਂ ਉਹਦੀ ਹਾਕ ਤਾਂ ਅਸੀਂ ਖਤਮ ਵੀ ਨਹੀਂ ਸੀ ਹੁਣ ਦਿੱਤੀ ਟੋਰਨੀ ਮੈਥੋ ਮੂਰੇ ਮੈਂ ਟੋਰਨੀ ਤੋਂ ਮੱਛੀ ਦੀ ਬਹੁਤਾਤ ਚਪਕੌੜਿਆਂ ਤੇ ਪਏ ਕਾਲ ਨੂੰ ਖਤਮ ਹੁੰਦਿਆਂ ਸ਼ਿਸ਼ਟਾਚਾਰ ਯਾਦ ਹੀ ਨਾ ਰਿਹਾ ਬਾਕੀ ਜਣੇ ਅਜੇ ਕਮਰੇ 'ਚ ਹੀ ਖੜੇ ਸੀ ਅਸੀਂ ਮੂਰਖਾਂ ਨੇ ਸੌਸ ਵੀ ਨਾ ਉਡੀਕੀ ਲੱਗ ਪਏ ਜਿਵੇਂ ਕਦੇ ਕੁਝ ਦੇਖਿਆ ਹੀ ਨਾ ਹੋਵੇ ਅਸੀਂ ਤਾਂ ਪਹਿਲੇ ਹੀ ਮੂੰਹ ਭਰੇ ਹੋਏ ਸੀ ਤੇ ਜਦੋਂ ਮੇਜ਼ਬਾਨ ਔਰਤ ਨੇ ਮੈਡਮ ਨੂੰ ਖਾਣ ਲਈ ਕਿਹਾ ਤਨੂ ਥੈਂਕਸ ਵੀਰ ਵੇ ਜਾਕੇ ਉਹਨਾਂ ਨੇ ਭੁੰਨੇ ਕਾਜੂ ਚਾ ਦੋ ਉਂਗਲਾਂ ਤੇ ਅੰਗੂਠੇ ਦੇ ਨਾਲ ਦੇ ਛੋਟੀ ਉਂਗਲੀ ਨਾਲ ਜਿਵੇਂ ਰਿਸ਼ਤੇ ਲਈ ਕੁੜੀ ਦੇਖਣ ਆਇਆ ਮੁੰਡਾ ਬਿਸਕਟ ਚੱਕਦਾ ਹੁੰਦਾ ਭੀ ਮੂਰਖੋ ਢਿੱਡ ਪਹਿਲਾਂ ਕਿ ਟੌਰ ਉਸ ਦਿਨ ਪਕੌੜੇ ਮਿਲੇ ਚਾਹੇ ਮੁਸ਼ਕਲ ਨਾਲ ਪਰ ਸਵਾਦ ਸਵਾਦ ਇੰਨੇ ਲੱਗੇ ਭੀ ਮੁੜ ਕੇ ਕਦੇ ਉਹੋ ਜੇ ਨਹੀਂ ਮਿਲੇ ਬਸ ਇੱਕ ਕਮੀ ਜ਼ਰੂਰ ਲੜ ਗਈ ਕੰਡੇ ਨਹੀਂ ਸੀ ਕੱਢੇ ਹੋਏ ਥੋੜਾ ਹੌਲੀ ਖਾ ਹੁੰਦੇ ਸੀ ਨਹੀਂ ਤਾਂ ਮੇਰੇ ਵਰਗਾ ਬਿੰਦ ਚੀ ਿੱਲੋ ਸਾਰੀ ਨ ਘਰ ਜਾਂਦਾ ਟੋਨੀ ਨੇ ਹਲਕੇ ਹੋਏ ਨੇ ਇੱਕ ਸਿੱਧਾ ਸੁੱਟ ਲਿਆ ਕੰਢੀ 'ਚ ਫੇਰ ਕੀ ਸੀ ਕੰਡਾ ਅਟਕ ਗਿਆ। ਸਾਹ ਵੀ ਫਸ ਗਿਆ ਨਾ ਉਹ ਤੋਂ ਬੋਲਿਆ ਜਾਵੇ ਨਮੂ ਬੰਦ ਹੋਵੇ। ਅੱਖਾਂ 'ਚੋਂ ਪਾਣੀ ਚੱਲੇ ਔਖੇ ਔਖੇ ਜੇ ਬੱਤ ਲਈ ਜਾਵੇ। ਤੇ ਜਦੋਂ ਉੱਠ ਕੇ ਵਾਸ਼ਰੂਮ ਨੂੰ ਜਾਣ ਲੱਗਿਆ ਤਾਂ ਖੁੱਚਾਂ ਦੇ ਧਕਾ ਨਾਲ ਕੁਰਸੀ ਪਿੱਛੇ ਨੂੰ ਹੋ ਗਈ। ਕਿਸਰਨ ਹੋਈ ਪਰ ਉਹ ਤੋਂ ਜੋ ਆਵਾਜ਼ ਆਈ ਉਸ ਨਾਲ ਫੇਰ ਆ ਗਿਆ ਉਹੀ ਸਮਾਸੇ ਵਾਲਾ। ਪਰ ਐਸ ਵਾਰੀ ਮੈਡਮ ਆਪ ਹੀ ਫਸ ਗਈ ਸੀ। ਕਿਸਰਨ ਦੀ ਆਵਾਜ਼ ਨੇ ਮੈਡਮ ਦਾ ਜ਼ੋਰਦਾਰ ਹਾਸਾ ਕੱਢਦਾ। ਹਾਸਾ ਕੀ ਜਲੂਸ ਕਢਾਤਾ ਕਹਿ ਸਕਦੇ ਆ। ਜੋ ਕਾਮ ਨੇ ਉਹਦਾ ਨੱਕ ਬੰਦ ਕੀਤਾ ਹੋਇਆ ਸੀ ਕੋਦਮ ਅਣਚਿਤਵੇਂ ਹਾਸੇ ਦਾ ਚੋ ਹਵਾ ਦਾ ਗੁੱਚਾ ਨੱਕ ਰਹੀਂ ਬਾਹਰ ਨਿਕਲੇ ਕੋਦਮ ਅਣਚਿਤਵੇਂ ਹਾਸੇ ਚੋ ਹਵਾ ਦਾ ਗੁੱਚਾ ਨੱਕ ਰਹੀਂ ਬਾਹਰ ਨਿਕਲਿਆ ਤੇ ਦੋ ਬੁਲਬਲੇ ਜੇ ਬਣਾ ਜਮਾ ਨਾਸਾ ਉਤੇ سین ਹੁਣ ਉਹ ਹੀ ਬਣ ਗਿਆ ਜਿਹਨੇ ਸਾਨੂੰ ਤਾਂ ਮਜ਼ਾ ਲਿਆਦਾ ਸੀ ਮੈਨੂੰ ਤੇ ਉਸ ਨੰਨੀ ਬਰੀ ਨੂੰ ਖਾਸ ਕਰਕੇ ਬੁਲਬਲਿਆ ਨੇ ਮੈਡਮ ਨੂੰ ਇੰਨਾ ਸ਼ਰਮਿੰਦਾ ਕਰਤਾ ਕਿ ਉਹਦਾ ਮੂੰਹ ਫਿਰ ਟਮਾਟਰੀ ਤੋਂ ਗਾਜਰੀ ਹੋ ਗਿਆ ਪਤਾ ਨਹੀਂ ਮੈਨੂੰ ਹੀ ਅਜਿਆ ਊਟ ਪਟਾਂਕੇਉ ਨਜ਼ਰੀ ਪੈਂਦਾ ਉਹਨੂੰ ਜ਼ਿਆਦਾ ਸਮਾਂ ਤਾਂ ਨਹੀਂ ਲੱਗਿਆ ਬੁਲਬੁਲੇ ਨੂੰ ਪੰਨ ਹੱਥ ਸਾਫ਼ ਕਰਨ ਨੂੰ ਉਹਨੇ ਫੁਰਤੀ ਦਿਖਾਈ ਪਰ ਉਦੋਂ ਤੱਕ ਅਸੀਂ ਦੇਖ ਚੁੱਕੇ ਸੀ ਕਬਰਾਰ ਚ ਹੱਥ ਸੋਫੇ ਨਾਲ ਪਹੁੰਚਦੀ ਹੋਈ ਨੂੰ ਵੀ ਮੈਂ ਦੇਖ ਲਿਆ ਸੀ ਉਹਨੇ ਵੀ ਦੇਖ ਲਿਆ ਕਿ ਮੈਂ ਉਹਨੂੰ ਦੇਖ ਰਿਹਾ ਘਰ ਦੇ ਮਾਲਕ ਤਾਂ ਹੋ ਸਕਦਾ ਹੈ ਦੇਖ ਕੇ ਅੰਡਿੱਟ ਕਰ ਗਏ ਹੁਣ ਬਈ ਮਹਿਮਾਨ ਹੈ ਪਰ ਮੈਥੋਂ ਪਤਾ ਨਹੀਂ ਕਿਵੇਂ ਨੈਪਕਿਨ ਉਸ ਵੱਲ ਨੂੰ ਵਧਾ ਕੇ ਕਿਹਾ ਗਿਆ ਆ ਲਓ ਮੈਡਮ ਹੁਣ ਹੱਥ ਮੇਰਾ ਮੈਡਮ ਵੱਲ ਤੇ ਨਿਗਾ ਲਿਬੜੇ ਸੋਫੇ ਵੱਲ ਉਹ ਹੋਰ ਖਿੱਚ ਗਈ ਕਿ ਮੈਂ ਉਹਨੂੰ ਜਾਣ-ਬੁੱਝ ਕੇ ਸ਼ਰਮਿੰਦਾ ਕਰ ਰਿਹਾ। ਪਰ ਉਹਨੂੰ ਕੀ ਪਤਾ ਸੀ ਵੀ ਮੈਨੂੰ ਤਾਂ ਆदत ਹੈ ਪੰਗੇ ਲੈਣ ਦੀ। ਕੀ ਦੱਸਦਾ ਕਿ ਸੈਤ ਸੁਭਾਈ ਗਰੀਬ ਤੋਂ ਹਰਕਤ ਹੋ ਜਾਂਦੀ ਹੈ। ਕਰੀ ਤਾਂ ਆਪਣੀ ਜਾਨ ਚ ਮਦਦ ਸੀ ਪਰ ਕਰਵਾ ਬੈਠਿਆ ਬੇਇੱਜ਼ਤੀ। ਉਹ ਬਹੁਤ ਗੁੱਸੇ 'ਚ ਵਲੀ। ਸ਼ਟ ਅਪ। ਮਾਈਂਡ ਯੂ। ਫੇਰ ਉੱਠ ਕੇ ਗੁਸਲਖਾਨੇ 'ਚ ਚਲੀ ਗਈ। ਕਹਿੰਦੇ ਨੇ ਜਦੋਂ ਮਾੜਾ ਸਮਾਂ ਹੁੰਦਾ ਤਾਂ ਊਠ 'ਤੇ ਬੈਠੇ ਦਾ ਪਹੁੰਚਾ ਕਤੂਰਾ ਫੜ ਲੈਂਦਾ। ਮੈਂ ਤੇ ਉਹ ਬੱਚੀ ਤਾਂ ਆਪਣੇ ਨਿਕਲ ਰਹੇ ਹਾਸੇ ਨੂੰ ਰੋਕਣ ਕਰਕੇ ਚੁੱਪ ਸੀ। ਬਾਕੀ ਸ਼ਾਇਦ ਸ਼ਹਿਰੀਪਨ ਕਰਕੇ ਕੁਝ ਨਾ ਬੋਲੇ ਹੁਣ ਉਹ ਆ ਕੇ ਬੈਠ ਗਈ ਬਿਲਕੁਲ ਸ਼ਾਂਤ ਹੁਣ ਉਹ ਬੋਲੀ ਘੱਟ ਨੱਕ ਨੂੰ ਰੁਮਾਲ ਨਾਲ ਸਾਫ਼ ਜ਼ਿਆਦਾ ਕਰ ਤ੍ਰਿੰਗ ਤ੍ਰਿੰਗ ਦੀ ਆਵਾਜ਼ ਕਰਨੀ ਪਈ ਤਾਂ ਬੱਚੀ ਨੇ ਦੋਵੇਂ ਖੋਲਤੇ ਮੌਨ ਵਰਤਵੀ ਤੇ ਦਰਵਾਜ਼ਾ ਚਾਚਾ ਜੀ ਸ਼ਸ਼ੀਕਾਲ ਕਿੱਥੇ ਹੀ ਰੋनाल्डੋ ਉਦੋਂ ਵੀ ਇਕੱਠੇ ਬੋਲੇ ਸੀ ਅੰਦਰ ਉਹ ਐਵੇਂ ਬੜੇ ਐਵੇਂ ਬੜੇ ਜਿਵੇਂ ਘਰ ਦੇ ਮੈਂਬਰ ਹੋਣ ਬੱਚੀ ਵੱਲੋਂ ਚਾਚਾ ਜੀ ਕਹਿਣ ਕਰਕੇ ਸਾਨੂੰ ਉਹ ਘਰ ਦੇ ਮੈਂਬਰ ਹੀ ਜਾਪੇ ਪਰ ਗਵੰਡੀ ਸਨ ਇੱਕ ਸਰਦਾਰ ਇੱਕ ਮੁੰਨਾ ਆਜੋ ਭਾਜੀ ਸਾਰੇ ਅੰਦਰ ਹੀ ਬੈਠੇ ਜੇ ਪਕੌੜੇ ਛਕੋ ਆ ਕੇ ਰਸੋਈ ਵੱਲ ਚਲੇ ਗਈ ਅਸੀਂ ਉਹਨਾਂ ਵੱਲ ਬੜੀ ਗੌਰ ਨਾਲ ਦੇਖਦੇ ਰਹੇ ਜਿਵੇਂ ਪੰਜਾਬੀ ਦੇਖਦੇ ਹੁੰਦੇ ਆ ਮੇਰੀ ਗਰੀਬ ਦੀ ਨਿਗਾਹ ਇੱਕ ਹੋਰ ਦ੍ਰਿਸ਼ ਵੀ ਦੇਖ ਰਹੀ ਸੀ ਨੱਕ ਨੂੰ ਬੇਮਤਲਬ ਛੇੜਨ ਨਾਲ ਜ਼ੁਕਾਮ ਦਾ ਇੱਕ ਪੀਸ ਜਿਆ ਸਾਹ ਦੀ ਹਵਾ ਨਾਲ ਅੰਦਰ ਬਾਹਰ ਹੋਈ ਜਾਵੇ ਜੀਤਾ ਖਰੇ ਵੀ ਕਹਿ ਦੇ ਹਾਂ ਪਰ ਡਰਦਾ ਮਾਰਾ ਚੁੱਪ ਰਿਹਾ ਇੱਕ ਦੋ ਵਾਰ ਉਸ ਵੱਲ ਵੇਖ ਕੇ ਆਪਣੇ ਨੱਕ ਨੂੰ ਹੱਥ ਜਿਹਾ ਵੀ ਲਾਇਆ ਪਰ ਮੈਡਮ ਦਾ ਧਿਆਨ ਹੁਣ ਨਵੇਂ ਮਹਿਮਾਨ ਵੱਲ ਸੀ ਕੁਛ ਉਹ ਮੈਨੂੰ ਇਗਨੋਰ ਕਰ ਰਹੀ ਸੀ ਜਾਲ ਸਮਝ ਕੇ ਦੋਵੇਂ ਫੁੱਟਬਾਲਰ ਡਨ ਲਪ ਦੇ ਮੁਲਾਜ਼ਮ ਸਨ ਗੱਲਾਂ ਚੱਲ ਪਈਆਂ ਕਿ ਇਸ ਵਾਰ ਪੰਜਾਬ ਦੀ ਕਬੱਡੀ ਟੀਮ ਬਹੁਤ ਵਧੀਆ ਆਈ ਹੈ ਪੋਜੀਸ਼ਨ ਆਉਣ ਦੀ ਪੂਰੀ ਸੰਭਾਵਨਾ ਹੈ ਘਰ ਦੀ ਮਾਲਕ ਨੇ ਸਾਡੇ ਬਾਰੇ ਦੱਸਿਆ ਪਹਿਲਾ ਦੋਵੇਂ ਮੈਚ ਦੇਖੇ ਹੋਣ ਕਰਕੇ ਉਹਨਾਂ ਨੇ ਝਟ ਪਛਾਣ ਲਿਆ ਜਿਨ੍ਹਾਂ 'ਚ ਮੈਂ ਤੇ ਟੋਨੀ ਬਹੁਤ ਵਧੀਆ ਖੇਡੇ ਸੀ ਤੇ ਹੀਰੋ ਟਾਈਪ ਫੀਲਿੰਗ ਲਈ ਸੀ ਜਦੋਂ ਮੈਚ ਤੋਂ ਬਾਅਦ ਛੋਟੇ-ਛੋਟੇ ਬੱਚੇ ਸਾਡੇ ਆਟੋਗ੍ਰਾਫ ਲੈ ਰਹੇ ਸੀ ਤਾਂ ਆਟੋਗ੍ਰਾਫ ਦਿੰਦੇ ਇੰਨਾ ਚਾਹ ਤੇ ਕਾਹਲ ਸੀ ਮੈਂ ਤਾਂ ਅੰਗਰੇਜ਼ੀ ਹਿੰਦੀ ਵੀ ਮਿਕਸ ਕਰੀ ਗਿਆ ਸੀ ਆਪਣਾ ਹੀ ਨਾਮ ਨਹੀਂ ਸੀ ਲਿਖ ਹੋਇਆ ਤੇ ਜਦੋਂ ਉਹ ਸਾਡੀਆਂ ਗੱਲਾਂ ਕਰਨ ਬਈ ਇਹ ਦੋਵੇਂ ਬਹੁਤ ਵਧੀਆ ਖੇਡੇ ਤਾਂ ਮੈਡਮ ਥੋੜਾ ਮੂੰਹ ਜਿਹਾ ਵਟਾਉਂਦੀ ਬਲੀ ਹਾਂਜੀ ਮੰਗਾ ਵੀ ਵਧੀਆ ਖੇਡਿਆ ਅਜੇ ਤਾਂ ਅਸੀਂ ਮੇਨ ਪਲੇਅਰਜ਼ ਨੂੰ ਰੈਸਟ ਦੇ ਰੱਖੀ ਸੀ ਅਸਲ ਜੋ ਤੋਂ ਬਰਦਾਸ਼ਤ ਹੀ ਨਹੀਂ ਸੀ ਹੋ ਰਹੀ ਮੇਰੀ ਤਾਰੀਫ ਬਸ ਜਦੋਂ ਮੇਰੀ ਤਾਰੀਫ ਹੁੰਦੀ ਹੈ ਮੈਨੂੰ ਉਹ ਗੱਲ ਯਾਦ ਆਉਂਦੀ ਹੈ ਬਈ ਹੁਣ ਤਿਆਰ ਹੋ ਜਾਓ ਥੱਲੇगिरਣ ਨੂੰ ਕਿਉਂਕਿ ਮੈਂ ਜਦੋਂ ਵੀ ਕਦੇ ਉੱਢਿਆ ਥੋੜਾ ਸਮਾਂ ਹੀ ਖੰਭ ਖਲਾੜ ਸਕਿਆ ਬਹੁਤ ਛੇਤੀ ਮਾੜੀ ਪਤੰਗਾਂ ਨੂੰ ਚੱਪਾ ਖਾ ਕੇ ਡਿੱਗਿਆ ਪਿਛਲਾ ਇਤਿਹਾਸ ਡਰਾ ਰਿਹਾ ਸੀ ਵਹਿਮੀ ਤਾਂ ਰਤੀ ਪਰ ਵੀ ਨਹੀਂ ਪਰ ਇਹ ਮਿੱਥ ਮੈਨੂੰ ਡਰਾ ਕੇ ਰੱਖਦੀ ਹੈ ਡਰ ਵੀ ਸੱਚਾ ਸੀ ਕਿ ਮਨਾ ਜੇ ਕਿਤੇ ਯੂਪੀ ਵਾਲੇ ਮੈਚ ਦੀ ਗੱਲ ਛੇੜ ਪਈ ਫੇਰ ਕੀ ਬਣੋ ਉਹ ਸਾਲਾ ਬਿੱਜੂ ਜਿਆ ਰਿਚਰਗਾ ਬਈਆ ਮਾੜੀ ਇੰਨੀ ਕਰ ਗਿਆ ਸੀ ਖੈਰ ਹੁਣ ਇਹਨੂੰ ਜੋ ਮਨਜ਼ੂਰ ਸੀ ਉਸ ਦਿਨ ਵੀ ਹੋਈ ਹੋਇਆ ਇਸ ਡਰੋਂ ਕਿਤੇ ਹੁਣ ਨਾ ਛੇੜ ਪਵੇ ਮੈਚ ਦੀ ਗੱਲ ਮੈਂ ਇੱਕ ਸਕੀਮ ਤਹਿਤ ਉਥੋਂ ਜਾਣ ਦੀ ਸੋਚੀ ਬਹੁਤ देर ਹੋ ਗਈ ਭਾਜੀ ਹੁਣ ਚਲਿਏ ਟੋਨੀ ਮੈਡਮ ਤੇ ਉਹਦਾ ਬੇਟਾ ਵੀ ਮੇਰੇ ਨਾਲ ਹੀ ਖੜੇ ਹੋ ਗਏ ਸਨ ਪਰ ਅੱਧੇ ਕੋਈ ਹੋਏ ਸੀ ਕਿ ਬੱਚੀ ਦੇ ਪਿਓ ਨੇ ਫੇਰ ਬਿਠਾਤੇ ਬੈਠੋ ਭੈਣ ਜੀ ਚਿੰਤਾ ਕਿਉਂ ਕਰ ਰਹੇ ਹੋ ਲੱਗ ਗਈ ਹੈ ਮਹਾ ਦੁਹਾ ਕੋ ਮਿੰਟ ਲੱਗਦੇ ਆ ਜੀ ਕਾਰਜ ਹੁਣ ਜਾਵੜਨਾ ਆਪਾਂ ਬੱਚੀ ਦੂਜੇ ਕਮਰੇ ਚ ਇੱਕ ਕਾਫੀ ਕਾਫੀ ਪੁਰਾਣੀ ਐਲਬਮ ਲੈ ਆਈ ਉਸ ਜੋੜੇ ਨੂੰ ਅੰਤਰਰਾਸ਼ਟਰੀ ਪੱਧਰ ਤੇ ਬਹੁਤ ਇਨਾਮ ਮਿਲ ਚੁੱਕੇ ਸੀ ਐਨੇ ਉੱਚੇ ਪੱਧਰ ਤੇ ਪਹੁੰਚੇ ਵੀ ਉਹਨਾਂ ਚ ਭੋਰਾ ਵੀ ਹੰਕਾਰ ਨਹੀਂ ਸੀ ਆਪਣੇ ਬੰਦੇ ਦੀ ਮੂਰਤ ਸੰਦੋਵੇਂ ਸਾਦਗੀ ਤਾਂ ਜੇ ਕੋਈ ਫਕੀਰ ਦੇਖ ਲਵੇ ਤਾਂ ਉਹ ਵੀ ਸਾੜੇ 'ਚ ਸੜ ਜਾਈ ਉਦੋਂ ਲੱਗਿਆ ਕੱਪੜਿਆਂ ਨਾਲੋਂ ਵਿਚਾਰਾਂ ਦੀ ਸਾਦਗੀ ਜ਼ਿਆਦਾ ਪ੍ਰਭਾਵਿਤ ਹੁਣ ਉਹ ਦੋਵੇਂ ਬੰਦੇ ਟੂਰਨਾਮੈਂਟ ਦੀਆਂ ਗੱਲਾਂ ਕਰਨ ਲੱਗ ਪਏ ਕਹਿੰਦੇ ਅੱਜ ਦੇ ਪੰਜਾਬ ਵਾਲੇ ਮੈਚ ਦੀਆਂ ਟਿਕਟਾਂ ਤਾਂ ਅਸੀਂ ਖਰੀਦ ਲਈਆਂ ਨੇ ਤੇ ਜਿਹੜਾ ਸਰਦਾਰ ਸੀ ਉੱਚਾ ਲੰਬਾ ਜਿਹਾ ਉਸ ਸੋਫੇ ਤੇ ਥੋੜਾ ਉੱਟਿਆ ਤੇ ਆਪਣੇ ਪਰਸ 'ਚੋਂ ਕੱਢ ਕੇ ਕਮੀਜ਼ ਦੀ ਜੇਬ 'ਚ ਪਾਉਂਦਾ ਬੋਲਿਆ ਓਏ ਮੁੰਡਿਓ ਕੱਲ ਕੀ ਹੋਇਆ ਜੀ ਪੰਜਾਬ ਨਾਲ ਮੇਰੀ ਘਰ ਦੀ ਤੇ ਬੇਟੀ ਦੇਖਣ ਗਈਆਂ ਸੀ ਆਖਣ ਡਈਆਂ ਸੀ ਮੈਚ ਤੇ ਵਧੀਆ ਖੇਡੇ ਮੁੰਡੇ ਪਰ ਮੈਨੂੰ ਥੋੜਾ ਗੁੱਸਾ ਤਾਂ ਉਹਦੇ ਤੇ ਵੀ ਆਇਆ ਵੀ ਚੁੱਪ ਨਹੀਂ ਕਰ ਸਕਦਾ ਸੀ ਲੱਗਦਾ ਕੀ ਹੋਇਆ ਪਰ ਦਾ ਉਹਨੇ ਆਪਣਾ ਆਪਣੀ ਗੱਲ ਖਤਮ ਕਰਦੇ ਨੇ ਅਖੀਰ ਚ ਪਰ ਗਿਆ ਸੀ ਤੇ ਪਿਛਲੇ ਆਖਰੇ ਆਖਰਾਰੇ ਦੀ ਰ ਵੀ ਨਹੀਂ ਖਤਮ ਹੁਣ ਦਿੱਤੀ ਸੀ ਮੈਡਮ ਨੇ ਮਾਰਿਆ ਜਦੋਂ ਮੌਕੇ ਤੇ ਚੌਕਾ ਇਹੋ ਮੰਗਾ ਉਹ ਰੇਡ ਪਾਉਣ ਵਾਲਾ ਉਹਦੇ ਕਹੇ ਇਹਨਾਂ ਸ਼ਬਦਾਂ ਨੇ ਮੇਰੇ ਤਾਂ ਜਿਵੇਂ ਜਲਤਾ ਰਾਈ ਕਰਤਾ ਸੀ ਸਿਰ ਚ ਸੌ ਘੜਾ ਡੋਲ ਕੇ ਆਪਾਂ ਤਾਂ ਜਮਾ ਸੁਣ ਉਹ ਆਖਰੀ ਰੇਡ ਇੱਕ ਅਪੋਲ ਯਾਦ ਬਣ ਚੁੱਕੀ ਹੈ ਜਿਹੜੀ ਭੁਲਾਏ ਤੋਂ ਵੀ ਨਹੀਂ ਭੁੱਲਦੀ ਯੂਪੀ ਦੇ ਸਾਰੇ ਖਿਡਾਰੀ ਆਊਟ ਕਰਤੇ ਸੀ ਬਸ ਇੱਕੋ ਬਚਿਆ ਸੀ ਬਿੱਜੂ ਜੀ ਇਹ ਪਿਛਲੇ ਸਾਲ ਗੁਲਬਰਗਾ ਵੀ ਖੇਡਿਆ ਸੀ ਯੂਪੀ ਵੱਲੋਂ ਉੱਥੋਂ ਹੀ ਮੈਂ ਇਹਦਾ ਨਾਮ ਰੱਖਿਆ ਸੀ ਬਿੱਜੂ ਜੀ ਬਿੱਜੂ ਨੂੰ ਕਦੇ ਚਿੜੀਆ ਘਰ ਚ ਦੇਖਿਓ ਜਮਾਂ ਰਿਛ ਵਰਗਾ ਹੁੰਦਾ ਪਰ ਹੁੰਦਾ ਬਿਲਕੁਲ ਉਲਟ ਰਿਛ ਜਿੱਥੇ ਮਰੇ ਜਾਨਵਰ ਦਾ ਮਾਸ ਨਹੀਂ ਖਾਂਦਾ ਉੱਥੇ ਬਿੱਜੂ ਨੂੰ ਸਵਾਦ ਹੀ ਮਰਿਆ ਤੇ ਸੜਿਆ ਲੱਗਦਾ ਕਹਿੰਦੇ ਬਿੱਜੂ ਕਬਰ ਪੁੱਟ ਕੇ ਮੁਰਦਾ ਖਾਣ ਦਾ ਸ਼ੌਕੀਨ ਵੀ ਹੁੰਦਾ ਪਰ ਯੂਪੀ ਦੇ ਉਸ ਜੱਤਲ ਜਿਹਦਾ ਨਾਮ ਤਾਂ ਕਰਕੇ ਰੱਖਿਆ ਸੀ ਵੀ ਉਹ ਰੇਡ ਪਾਉਂਦਾ ਹੋਇਆ ਇੱਕੋ ਜਗ੍ਹਾ ਘੁੰਮੇ ਜਾਂਦਾ ਬਸ ਉੱਥੇ ਕਿਸੇ ਨੇ ਫੜ ਲਿਆ ਤਾਂ ਭੱਜ ਜਾਂਦਾ ਨੰਬਰ ਲੈ ਆਉਂਦਾ ਕਈ ਵਾਰ ਤਾਂ ਬਿਨਾਂ ਹੱਥ ਲਾਈ ਵਾਪਸ ਕਈ ਵਾਰ ਰੇਡ ਦਾ ਸਮਾਂ ਪੂਰਾ ਹੋਣ ਦੇ ਆਊਟ ਵੀ ਹੋ ਜਾਂਦਾ ਸਾਡੇ 'ਚ ਸਾਨੂੰ ਪਤਾ ਸੀ ਵੀ ਬਿੱਜੂ ਨੂੰ ਚਿੜੀਆ ਘਰ ਵਾਲੇ ਜਿੰਨੀ ਮਰਜ਼ੀ ਖੁੱਲੀ ਜਗ੍ਹਾ ਪਰ ਉਹ ਮੰਜੇ ਜਿੰਨੀ ਥਾਂ 'ਚ ਹੀ ਲਿਟੀ ਜਾਂਦਾ ਲਿਟ ਲਿਟ ਕੇ ਉਹ ਥਾਂ ਨੂੰ ਰੈਡੀ ਕਰ ਰੱਖਦਾ ਉਦੇ ਵਾਂਗੂ ਹੀ ਉਹ ਕਰਦਾ ਇਸ ਲਈ ਮੇਰੇ ਪਿੱਛੇ ਲੱਗ ਬਾਕੀ ਵੀ ਉਹਨੂੰ ਵਿਜੂ ਕਹਿਣ ਲੱਗ ਪਏ ਸੀ ਪਰ ਕਲਕੱਤੇ ਉਸ ਮੈਚ ਚ ਜੋ ਕਾਰਨਾਮਾ ਉਹਨੇ ਕੀਤਾ ਉਹ ਮੈਂ ਜਾਣਦਾ ਜਾਂ ਮੇਰਾ ਰੱਬ ਬਾਕੀ ਤਾਂ ਕੁਝ ਸਮਾਂ ਪਾ ਕੇ ਭੁੱਲ ਗਏ ਹੋਣਗੇ ਪਰ ਮੈਥੋਂ ਨਹੀਂ ਭੁੱਲਿਆ ਜਾਂਦਾ ਜਦੋਂ ਮੈਂ ਰੇਡ ਪਾਉਣ ਲੱਗਾ ਤਾਂ ਇਕੱਲਾ ਹੀ ਸੀ ਜਦੋਂ ਵਿਰੋਧੀ ਟੀਮ ਦੇ ਪਾੜੇ 'ਚ ਇੱਕ ਖਿਡਾਰੀ ਬਾਕੀ ਰਹਿ ਜਾਂਦਾ ਹੈ ਤਾਂ ਕਪਤਾਨ ਮੁੱਖ ਰੇਡਰਾਂ ਨੂੰ ਨਹੀਂ ਭੇਜਦਾ ਚੌਥੇ ਪੰਜਵੇਂ ਨੰਬਰ ਦੇ ਖਿਡਾਰੀ ਨੂੰ ਭੇਜ ਦਿੰਦੇ ਆ ਖਾਸ ਕਰਕੇ ਉਦੋਂ ਜਦੋਂ ਨੰਬਰਾਂ ਦਾ ਬਹੁਤ ਫਰਕ ਹੋਵੇ ਮੈਂ ਤਾਂ ਫੇਰ ਵੀ ਵਧੀਆ ਖੇਡ ਚੁੱਕਿਆ ਸੀ ਪਿਛਲੇ ਦੋਵੇਂ ਮੈਚ ਤਾਂ ਬਹੁਤ ਹੀ ਵਧੀਆ ਮੈਂ ਰੇਡ ਪਾਉਣ ਤੁਰਿਆ ਤਾਂ ਸਟੇਡੀਅਮ 'ਚ ਰੌਲਾ ਪੈ ਗਿਆ। ਜ਼ੋਰ-ਜ਼ੋਰ ਦੀ ਹੂਟਿੰਗ ਸ਼ੁਰੂ ਹੋ ਗਈ। ਮੈਨੂੰ ਸੀ ਕਿ ਮੇਰੇ ਹੱਕ 'ਚ ਰੌਲਾ ਪਾ ਰਹੇ ਨੇ ਪਰ ਕਹਾਣੀ ਕੁਝ ਹੋਰ ਹੀ ਨਿਕਲੀ। ਉਹ ਇਹ ਕਾਰਨਾਮਾ ਪਹਿਲਾਂ ਵਾਲੇ ਮੈਚ 'ਚ ਵੀ ਕਰ ਚੁੱਕਿਆ ਸੀ। ਲੋਕਾਂ ਨੂੰ ਉਮੀਦ ਸੀ ਕਿ ਹੁਣ ਫੇਰ ਵਰਤਾਉ ਉਹੀ ਪਾਣਾ ਜਿਸ ਪਾਣੇ ਨੇ ਮੈਨੂੰ ਸਭ ਖਬਰਾਂ ਭੁਲਾ ਦਿੱਤ। ਜੇ ਉਹਦਾ ਪਹਿਲਾ ਮੈਚ ਅਸੀਂ ਵੀ ਦੇਖਿਆ ਹੁੰਦਾ ਤਾਂ ਸਾਨੂੰ ਵੀ ਪਤਾ ਲੱਗ ਜਾਂਦਾ। ਜਿਉਂ-ਜਿਉਂ ਮੈਂ ਉਸ ਵੱਲ ਵਧਿਆ ਜਾਵਾਂ ਉਹ ਮੇਰੇ ਵੱਲੋਂ ਤੁਰੇ। ਬਿੱਜੂ ਜੇ ਬਣ ਕੇ ਹੁਣ ਹੂਟਿੰਗ ਬੰਦ ਹੋ ਗਈ। ਮੈਂ ਆਪਣੀ ਜਿੱਤ ਯਕੀਨੀ ਸਮਝ ਤਿੰਨ ਚਾਰ ਥਾਪੀਆਂ ਮਾਰੀਆਂ ਪੱਟ ਤੇ ਪੱਟ ਵੀ ਲਾਲ ਹੋ ਗਿਆ ਜਿਹਦੇ ਉੱਤੇ ਨੂੰ ਥਾਪੀ ਮਾਰੀ ਸੀ ਉਹਦੀ ਜਰਸੀ ਵੀ ਲਾਲ ਜਿਹਨੂੰ ਥਾਪੀ ਮਾਰੀ ਸੀ ਮੈਂ ਵੀ ਬੱਕ ਲਾਈਨ ਕੋਲ ਪਹੁੰਚ ਗਿਆ ਤੇ ਉਹ ਵੀ ਮੇਰੇ ਵੱਲ ਵਧਿਆ ਉਹਨੇ ਆਇਂ ਦਿਖਾਵਾ ਕਰਿਆ ਜਿਵੇਂ ਸਾਰੇ ਜਾਣੇ ਕਰਦੇ ਹੁੰਦੇ ਨੇ ਨਵੇਂ ਸਿਰੇ ਤੋਂ ਕੋਸ਼ਿਸ਼ ਕਰਨ ਨੂੰ ਪਹਿਲ ਦਿੰਦੇ ਨੇ ਆਲ ਆਊਟ ਤੋਂ ਬਾਅਦ ਸਾਰੇ ਵਿੱਚ ਆ ਜਾਂਦੇ ਨੇ ਆਪਣਾ ਸੱਜਾ ਹੱਥ ਮੇਰੇ ਵੱਲ ਨੂੰ ਵਧਾਇਆ ਸੌਜੇ ਬਣ ਕੇ ਮੂੰਹ ਪਿੱਛੇ ਨੂੰ ਘੁਮਾ ਲਿਆ ਮੈਨੂੰ ਲੱਗਿਆ ਉਹਨੇ ਹਾਰ ਮੰਨ ਲਈ ਐ ਅਕਸਰ ਜਦੋਂ ਵਿਰੋਧੀ ਖਿਡਾਰੀ ਇਕੱਲਾ ਹੀ ਰਹਿ ਜਾਂਦਾ ਹੈ ਤਾਂ ਉਦੋਂ ਨੰਬਰ ਘੱਟ ਹੋਣ ਕਰਕੇ ਐਵੇਂ ਕਰਦੇ ਐ ਮੈਂ ਮੂਰਖ ਨੇ ਵੀ ਉਹਦੇ ਵੱਲ ਪਿੱਠ ਕਰ ਲਈ ਬਸ ਫੇਰ ਇੰਨੀ ਜ਼ੋਰ ਦੀ ਰੌਲੇ ਦਾ ਤੂਫਾਨ ਆਇਆ ਜੋ ਪਹਿਲਾ ਸਨਾਟਾ ਜਿਹਾ ਛਾ ਗਿਆ ਸੀ ਜਿਵੇਂ ਸੱਚੀ ਦੇ ਤੂਫਾਨ ਤੋਂ ਪਹਿਲਾਂ ਹੁੰਦਾ ਮੈਨੂੰ ਦੁਨੀਆ ਪੁੱਠੀ-ਪੁੱਠੀ ਦਿਖੀ ਉਹਨੇ ਪਤੰਦਰ ਨੇ ਜਦੋਂ ਹੱਥ ਨੂੰ ਹੱਥ ਲਾ ਕੇ ਮੂੰਹ ਪਿੱਛੇ ਨੂੰ ਘੁਮਾਇਆ ਤਾਂ ਆਪਣੇ ਪੈਂਤੜੇ ਨੂੰ ਅੰਜਾਮ ਦਿੰਦੇ ਹੋਏ ਮੇਰੇ ਚੱਡਿਆਂ 'ਚ ਹੱਥ ਪਾ ਕੇ ਸਿਰ ਥੱਲੇ ਲੱਤਾ ਉੱਪਰ ਨੂੰ ਕਰਦੀਆਂ ਜਿਵੇਂ ਅੜਾ ਖੋੜ ਗੱਡਿਆ ਹੋਵੇ ਮੈਨੂੰ ਲੱਗਦਾ ਉਹਨੂੰ 2 ਸੈਕਿੰਡ ਤੋਂ ਵੀ ਘੱਟ ਸਮਾਂ ਲੱਗਿਆ ਹੋਊ ਤਿੰਨ ਮੈਚਾਂ ਦੇ ਹੀਰੋ ਨੂੰ ਜ਼ੀਰੋ ਕਰਨ ਲੱਗਿਆ ਮੇਰੀ ਗਰਦਨ ਮੁਜੀ ਪਈ ਸੀ ਖੱਬੀ ਗੱਲ ਤੇ ਖੱਬੀ ਅੱਖ ਬੱਕ ਲਾਈਨ ਚੂਨੇ ਤੇ ਟਿਕੀਆਂ ਪਈਆਂ ਸੀ ਅੱਖ 'ਚ ਕਲੀ ਨੇ ਕਸਮਾਨ ਮਚਾਇਆ ਸੀ ਸਟੇਡੀਅਮ 'ਚ ਲੋਕਾਂ ਨੇ ਰੌਲਾ ਪਾਇਆ ਪਿਆ। ਅਸਮਾਨ ਸਿਰ ਤੇ ਚੱਕ ਰੱਖਿਆ ਸੀ। ਸਾਲੇ ਪਕਰੋੜ ਜੇ ਨੇ ਮੈਨੂੰ ਪੱਟਾਂ ਤੋਂ ਜਫੀ ਚ ਜਕੜ ਲਿਆ ਤੇ ਢੂਈ ਵਾਲੇ ਪਾਸੇ ਨੂੰ ਮਰੋੜਦਾ। ਕੰਗਰੋੜ ਦੇ ਐਨ ਵਿਚਾਲੇੋਂ ਕੜਕ-ਕੜਕ ਜੀ ਹੋਈ ਜੋ ਹੁਣ ਤੱਕ ਵੀ ਜੇ ਅੰਗੜਾਈ ਲੈਣਾ ਤਾਂ ਵੀ ਦੁਖਦਾ। ਹੁਣ ਪਤਾ ਨਹੀਂ ਤਾਂ ਹੂਟਿੰਗ ਬੰਦ ਹੋ ਗਈ ਸੀ। ਪਤਾ ਨਹੀਂ ਸੁਣਨ ਸ਼ਕਤੀ ਤੋਂ ਵਧੇਰੇ ਹੁਣ ਹੋਣ ਲੱਗ ਪਈ ਸੀ। ਮੈਨੂੰ ਤਾਂ ਸੌਣ ਦੇ ਮੀਂਹ ਦੇ ਬਾਅਦ ਜਿਹੜੇ ਬਿੰਡੇ ਜੀ ਬੋਲਦੇ ਹੁੰਦੇ ਆ ਉਵੇਂ ਸੁਣ ਰਿਹਾ ਸੀ। ਬਾਅਦ 'ਚ ਦੱਸਿਆ ਸ਼ੌਕੀ ਹੋਰਾਂ ਨੇ ਵੀ ਦਰਸ਼ਕ ਖੜੇ ਹੋ ਗਏ ਸੀ। ਕੋਹ ਕੁ ਰੌਲੀ ਪਾਉਂਦੇ ਹੋਏ ਰੇਫਰੀ ਨੇ ਵੀ ਇਸਲਾਮ ਵੀ ਮਾਰਤੀਆਂ ਰੇਡਰ ਆਊਟ ਕਹਿ ਕੇ ਪਰ ਉਹ ਸੁਣ ਨਹੀਂ ਸੀ ਰਿਹਾ ਜਿਵੇਂ ਕੋਡੀ ਨਾ ਖੇਡ ਰਿਹਾ ਹੋਵੇ ਕੋਈ ਬਦਲਾ ਲੈ ਰਿਹਾ ਹੋਵੇ ਪਿਛਲੇ ਜਨਮ ਦਾ ਉਹਨੇ ਮੈਨੂੰ ਪੱਟਾਂ ਤੋਂ ਉੱਪਰ ਨੂੰ ਜਾ ਕੇ ਕਰੀਬ 1.5 ਫੁੱਟ ਤੋਂ ਫੇਰ ਮਾਰਿਆ ਧਰਤੀ ਤੇ ਜ਼ੋਰ ਇੱਕ ਵਾਰ ਫੇਰ ਠੋਈ ਚੁ ਕੁਝ ਟੁੱਟਣ ਦੀ ਆਵਾਜ਼ ਆਈ ਪਰ ਜੋ ਬਿੰਡੇ ਬੋਲਣ ਦੀ ਆਵਾਜ਼ ਸੀ ਹੁਣ ਉਹ ਬੰਦ ਹੋ ਗਈ ਸੀ ਜਿਵੇਂ ਸਭ ਕੁਝ ਰੁਕ ਗਿਆ ਹੋਵੇ ਲੋਕਾਂ ਨੇ ਆਪਣੇ ਅੱਪਰ ਪੋਰਸ ਨੂੰ ਉਤਾਰ ਕੇ ਉੱਪਰ ਨੂੰ ਝਾਲ ਜਿਵੇਂ ਕਨਵੋਕੇਸ਼ਨ ਸਮੇਂ ਅੰਗਰੇਜ਼ਾਂ ਦੇ ਬੱਚੇ ਹੈਟ ਜੀ ਉਠਾਲਦੇ ਨੇ ਬਹੁਤ ਜ਼ਿਆਦਾ ਬੁਰਾ ਹਾਲ ਕਰਤਾ ਸੀ ਮੇਰਾ ਗੌਰ ਕਰਨ ਵਾਲੀ ਗੱਲ ਹੈ ਕਿ ਜਿਸ ਬਿੱਜੂ ਨੇ ਮੇਰੇ ਵਾਜੇ ਵਜਾਏ ਸੀ 4 ਸਾਲ ਬਾਅਦ ਉਹ ਅਰਜਨ ਅਵਾਰਡ ਨਾਲ ਸਨਮਾਨਿਆ ਗਿਆ ਇਸ ਇਤਿਹਾਸਿਕ ਗ੍ਰੇਡ ਨੂੰ ਮੈਂ ਨਹੀਂ ਕਦੇ ਉਨਾ ਵਧੀਆ ਦੱਸ ਸਕਿਆ ਜਿੰਨਾ ਵਧੀਆ ਉਸ ਦਿਨ ਕਲਕੱਤੇ ਮੈਡਮ ਨੇ ਦੱਸਿਆ ਸੀ ਮੇਰੇ ਪ੍ਰਤੀ ਆਪਣੀ ਨਰਾਜ਼ਗੀ ਜ਼ਾਹਰ ਕਰਦੇ ਨੇ ਜਿਵੇਂ ਫਿਲਮੀ ਚਲਾਉਂਦੇ ਹੋਏ ਖਾਮੂਰੇ ਉਹ ਐਨੇ ਸਵਾਦ ਚ ਗੱਲ ਦੱਸ ਰਹੀ ਸੀ ਕਿ ਉਹਨੂੰ ਪਤਾ ਹੀ ਨਹੀਂ ਚੱਲ ਰਿਹਾ ਸੀ ਕਿ ਅਸੀਂ ਹੁਣ ਲੇਟ ਹੋ ਰਹੇ ਹਾਂ ਜਿਹੜੀ ਪਹਿਲਾਂ ਕਈ ਵਾਰ ਕਹਿ ਚੁੱਕੀ ਸੀ ਉੱਥੇ ਜਾਣ ਬਾਰੇ ਫਿਰ ਉਹਨੇ ਮੇਰੇ ਮੋਢੇ ਤੇ ਪੋਲਾ ਜਿਹਾ ਹੱਥ ਲਾ ਕੇ ਵੈਲ ਪਲੇਟ ਕਿਹਾ ਉਹਦੀ ਵਿਅੰਗਮਈ ਤਾਰੀਫ ਬੜੀ ਚੁਬੀ ਪਰ ਉਸੇ ਸਮੇਂ ਖਾਲੀ ਕਸਮ ਕੇ ਨਾ ਮਾਂ ਪੁੱਤ ਇੱਕ ਨੂੰ ਤਾਂ ਸਬਕ ਜ਼ਰੂਰ ਸਿਕ ਬੇਟਾ ਸਾਹੂਸੀ ਸੋ ਟਾਰਗੇਟ ਮੈਡਮ ਹੀ ਰਹੀ ਪਰ ਕਿਤਾਬ ਦੀ ਮਰਿਆਦਾ ਤੇ ਮਜ਼ਾਕ ਉਡਾਉਣ ਦੀ ਹੱਦ ਨੂੰ ਸਮਝਦੇ ਹੋਏ ਲਿਖਣਾ ਠੀਕ ਨਹੀਂ ਹੈ ਅਗਲਾ ਕਾਂਡ ਹੈ ਹੂਨ ਉਦੋਂ ਮੈਂ 11ਵੇਂ ਵਿੱਚ ਪੜਦਾ ਸੀ ਸਾਡੇ ਟੂਰਨਾਮੈਂਟ ਸੀ ਪਟਿਆਲੇ ਪੋਲੋ ਗਰਾਊਂਡ 'ਚ ਖੇਡਾਂ ਸ਼ੁਰੂ ਹੋਣ ਤੋਂ 2 ਦਿਨ ਪਹਿਲਾਂ ਮੈਂ ਪਿੰਡ ਆ ਗਿਆ ਸੀ ਬਾਪੂ ਜੀ ਕੋਲ ਪੱਖੇ ਮੂਰੇ ਮਾੜੂ ਚਾਚਾ ਕੋਲੇ ਦਾ ਭਰਾ ਬੈਠਾ ਤੇ ਓਟੀਆ ਵਾਲੇ ਬੀਬੀ ਕੋਲ ਕੋਲੇ ਦੀ ਘਰ ਵਾਲੀ ਉਹਨੇ ਚੁੰਨੀ ਦਾ ਲੜ ਮੂੰਹ 'ਚ ਘੁੱਟਿਆ ਹੋਇਆ ਸੀ ਹੰਝੂ ਖੁੱਲੇ ਛੱਡੇ ਡੁੱਲਦੇ ਹੰਝੂ ਉਹਦੀਆਂ ਗੱਲਾਂ ਨੂੰ ਬਾਰ-ਬਾਰ ਗਿੱਲਾ ਕਰਦੇ ਵਹਿੰਦੇ ਫਿਰ ਸਾਫ਼ ਹੋ ਜਾਂਦੇ ਕਿਉਂਕਿ ਉਹ ਦੂਜੇ ਹੱਥ ਨੂੰ ਆਪਣੇ ਮੂੰਹ ਤੇ ਫੇਰਦੀ ਇਹ ਭਾਵਕ ਦ੍ਰਿਸ਼ ਮੇਰੇ ਹੂ ਬਹੁ ਯਾਦ ਮੈਂ ਸੱਸੀ ਕੱਲ ਬੁਲਾਈ ਤੇ ਬੈਗ ਅੰਦਰ ਰੱਖ ਜੀਤੀ ਦੇ ਵਾਲਦੇ ਖਿੱਚ ਕੇ ਚੁੱਲ੍ਹੇ ਮੁਰੇ ਆ ਬੈਠ ਬਾਪੂ ਜੀ ਕਹਿੰਦੇ ਓਏ ਕੁਮਾਰਾ ਕੱਲ ਨੂੰ ਤੇਰੇ ਮਾੜੂ ਚਾਚੇ ਨਾਲ ਜਾ ਕੇ ਖੂਨ ਕਢਵਾ ਕੇ ਦੇਂ ਪਟਿਆਲੇ ਨਾਮ ਤਾਂ ਮੇਰਾ ਉਹਨਾਂ ਨੇ ਕਦੇ ਸਿੱਧਾ ਲੈਣਾ ਹੀ ਨਹੀਂ ਸੀ ਕੋਈ ਨਾ ਦੇ ਦੂੰਗਾ ਪਰ ਹੋ ਕੇ ਗਿਆ ਮੈਂ ਜਵਾਬ ਕੀਤੀ ਹਾਂ ਦੇ ਨਾਲ ਸਵਾਲ ਵੀ ਕਰਤਾ ਬਾਪੂ ਜੀ ਜੇ ਬੋਲਣ ਹੀ ਲੱਗੇ ਸੀ ਚਾਚੀ ਰੋਂਦੀ ਰੋਂਦੀ ਬੋਲੀ ਕੁਛ ਨਹੀਂ ਪੁੱਤ ਕਾਲੇ ਤੇਰੇ ਚਾਚੇ ਨੂੰ ਦੂਆ ਹੋ ਗਿਆ ਮਤਲਬ ਕੈਂਸਰ ਉਹ ਦਸਤੀ ਦਸੀ ਉੱਚੀ ਦੇਣੇ ਰੋਪੀ ਉਹਨੂੰ ਵਿਚਾਰੇ ਨੂੰ ਦੁਆ ਹੋ ਗਿਆ ਵਿਚਾਰਾ ਦਾਖਲ ਹੋ ਗਿਆ ਜਿੰਦਰਾ ਹਸਪਤਾਲ ਚ ਖੂਨ ਦੀ ਘਾਟ ਹੈ ਬੀਬੀ ਨੇ ਮੌਕਾ ਸੰਭਾਲਦੇ ਹੋਏ ਗੱਲ ਪੂਰੀ ਕਰ ਲੱਗਦੇ ਹੱਥ ਬਾਪੂ ਜੀ ਨੇ ਮੋੜਵਾ ਹੱਲ ਵੀ ਦੱਸਦਾ ਇਹਦੀਆਂ ਤਾਂ ਜੀ ਖੇਲਾ ਨੇ ਸੋਮਵਾਰ ਖੂਨ ਤੋਂ ਹੀ ਦੇ ਦੇ ਖੂਨ ਬੀਬੀ ਨੇ ਦੁੱਧ ਦਾ ਗਲਾਸ ਚਾਚੀ ਵੱਲ ਕੀਤਾ ਪਰ ਉਹਨੇ ਪੀਤਾ ਨਾ ਫੜ ਕੇ ਕੋਲ ਰੱਖ ਬਾਪੂ ਜੀ ਕਹਿੰਦੇ ਠੀਕ ਐ ਮਾੜੂ ਮੈਂ ਚੱਲوں ਤੜਕੇ ਉੱਠ ਕੇ ਤੁਰ ਪਏ ਬੀਬੀ ਉਹਨਾਂ ਨੂੰ ਜਾਂਦੇ ਜਾਂਦੇ ਹੌਸਲਾ ਦੇ ਰਹੀ ਸੀ ਜਦੋਂ ਚਲੇ ਗਏ ਤਾਂ ਇਹ ਆਪਣੇ ਕੰਨੀ ਕਿਵੇਂ ਵਿਚਾਰੇ ਸਾਰੇ ਪਿੰਡ ਚ ਹੋ ਆਏ ਕਿਸੇ ਨੇ ਹਾਮੀ ਨਹੀਂ ਭਰੀ ਤਾਂ ਮਜਬੂਰ ਹੋ ਕੇ ਆਪਣੇ ਕੋਲ ਆਏ ਨੇ ਬੀਬੀ ਨੇ ਸਮਝਾਇਆ ਵੀ ਲੋਕ ਉਹਦੀ ਬਿਮਾਰੀ ਕਰਕੇ ਵਹਿਮ ਕਰਦੇ ਆ ਵੀ ਸਾਨੂੰ ਵੀ ਨਾ ਲੱਗ ਜਾਏ ਮੈਨੂੰ ਬਹੁਤ ਹੈਰਾਨ ਕਰਦੀ ਸੀ ਬਾਪੂ ਜੀ ਦੀ ਇਹ ਆਦਤ ਕਿ ਉਹ ਮਾਫ ਕਿਵੇਂ ਕਰ ਦਿੰਦੇ ਸੀ ਵਿਰੋਧੀ ਨੂੰ ਸੋਚਦਾ ਦਾਰਸ਼ਨਿਕਤਾ ਇਹੋ ਜਿਹੇ ਫਲਸਫੇ ਦਿੰਦੇ ਹੋਣਗੇ ਲਿਖਦੇ ਹੋਣਗੇ ਪਰ ਬਾਪੂ ਜੀ ਤਾਂ ਜਿਉਂਦੇ ਸੀ ਇਹਨਾਂ ਫਲਸਫਿਆਂ ਨੂੰ ਆਏ ਕਿਤੇ ਮੋੜ ਹੁੰਦਾ ਘਰੇ ਆਏ ਨੂੰ ਨਾਲੇ 20 ਗੱਲਾਂ ਹੋ ਜਾਂਦੀਆਂ ਨੇ ਘੋਲਾ ਪਿੰਡ ਦਾ ਬੰਦਾ ਸਾਡੇ ਨਾਲ ਖੇਡਿਆ ਛੋਟਾ ਹੁੰਦਾ ਇਹਦੇ ਬਜ਼ੁਰਗਾਂ ਨੇ ਬਥੇਰਾ ਕੰਮ ਕਰਿਆ ਆਪਣੇ ਖੇਤਾਂ 'ਚ ਕਹਿ ਕੇ ਰੋਟੀ ਖਾਣ ਲਈ ਠੀਕ ਜੇ ਹੋ ਗਏ ਉਦੋਂ ਮੈਨੂੰ ਇਹ ਗੱਲ ਬੜੀ ਵੱਡੀ ਨਹੀਂ ਸੀ ਲੱਗੀ ਪਰ ਹੁਣ ਆਪਦੀ ਖੁਦਗਰਜ਼ੀ ਦੇਖ ਕੇ ਬਾਪੂ ਜੀ ਤੇ ਬਹੁਤ ਫਖਰ ਹੁੰਦਾ ਕਿਉਂਕਿ ਸਰਪੰਚੀ ਦੀਆਂ ਚੋਣਾਂ ਵੇਲੇ ਘੋਲਾ ਚਾਚਾ ਸਾਡਾ ਸਭ ਤੋਂ ਵੱਡਾ ਵਿਰੋਧੀ ਬਣ ਕੇ ਉੱਭਰਿਆ ਸੀ ਰਵਿਦਾਸੀਆ ਭਾਈਚਾਰੇ ਦੀ ਸਾਰੀ ਵੋਟ ਦੂਜੇ ਵੱੰਨੇ ਪਵਾ ਰਿਆ ਸੀ ਤੇ ਜਦੋਂ ਸਰਬਸੰਮਤੀ ਹੋਣ ਲੱਗੀ ਸੀ ਮੇਰੇ ਤਾਏ ਉੱਤੇ ਤਾਂ ਹਰ ਮੌਕੇ ਤੇ ਉਹਨੇ ਹੀ ਟਿਕੜਮਬਾਜੀ ਨਾਲ ਸਾਡੇ ਵਿਰੋਧੀ ਨੂੰ ਸਰਪੰਚ ਬਣਵਾਤਾ ਸੀ ਬਾਪੂ ਜੀ ਨਾਲੋਂ ਕਈ ਵਾਰ ਉਲਝ ਵੀ ਚੁੱਕੇ ਅਸੀਂ ਪਰ ਫੇਰ ਵੀ ਉਸ ਦਿਨ ਜਦੋਂ ਸਾਰੇ ਜਣੇ ਮੂੰਹ ਫੇਰ ਗਏ ਸੀ ਤੇ ਪਿੰਡ 'ਚ ਬੜੀ ਚਰਚਾ ਹੋਈ ਸਾਧੂ ਬਾਬੇ ਹੋਰੀ ਗੱਲਾਂ ਕਰਦੇ ਵੀ ਸ਼ੇਰ ਨਹੀਂ ਬਣਨਾ ਕਿਸੇ ਨੇ ਸ਼ੇਰ ਤਾਂ ਸ਼ੇਰ ਹੀ ਹੁੰਦਾ ਜੰਗਲ ਵਾਲਾ ਵੀ ਤੇ ਬੰਦਿਆਂ 'ਚੋਂ ਆਉਂਦੀ ਇਹ ਕਾਲੇ ਦਾ ਬੇਸ਼ੱਕ ਓਲਾ ਚਾਚਾ ਜ਼ਿਆਦਾ ਸਮਾਂ ਨਾ ਕੱਟਦਾ ਹੋਇਆ ਸਾਲ ਦੇ ਅੰਦਰ ਅੰਦਰ ਹੀ ਅਕਾਲ ਚਲਾਣਾ ਕਰ ਗਿਆ ਪਰ ਆਪਦੇ ਟੱਬਰ ਨੂੰ ਜਿਵੇਂ ਰੀਣੀ ਬਣਾ ਗਿਆ ਸਾਡੇ ਪਰਿਵਾਰ ਦਾ ਹੁਣ ਤੱਕ ਵੀ ਬਹੁਤ ਸਤਕਾਰ ਦਿੰਦੇ ਨੇ ਕੋਈ ਚੋਣ ਹੋਵੇ ਪਿੰਡ ਦੀ ਵਿਧਾਨ ਸਭਾ ਦੀ ਜਾਂ ਕੋਈ ਹੋਰ ਸਾਫ਼ ਕਹਿ ਦਿੰਦੇ ਨੇ ਜਿੱਥੇ ਸ਼ੇਰ ਦਾ ਮੁੰਡਾ ਕਹੋ ਉਹਨੂੰ ਪਾਵਾਂਗੇ ਉਹਦਾ ਵੱਡਾ ਮੁੰਡਾ ਡੰਗਰਾਂ ਦਾ ਡਾਕਟਰ ਬਣ ਗਿਆ ਬਹੁਤ ਮਦਦ ਕਰਦਾ ਵੱਡੀ ਭੈਣ ਦੇ ਸਾਰੇ ਡੰਗਰਾਂ ਦੇ ਇਲਾਜ ਦੇ ਕਦੇ ਵਿਚਾਰੇ ਨੇ ਪੈਸੇ ਨਹੀਂ ਲਏ ਬੀਬੀ ਤੇ ਬਾਪੂ ਜੀ ਦਾ ਬਹੁਤ ਵੱਡਾ ਪ੍ਰਭਾਵ ਹੈ ਮੇਰੀ ਸ਼ਖਸੀਅਤ ਉੱਤੇ ਜਿਹੜਾ ਮੈਂ ਮਾੜਾ ਮੋਟਾ ਬੰਦਿਆਂ ਚਾਹਦਾ ਨਹੀਂ ਤਾਂ ਜਿੰਨਾ ਅਥਰ ਪੁਣਾ ਮੇਰੇ 'ਚ ਹੈ ਮੈਂ ਕਦੇ ਦਾ ਖਤਾ ਖਾ ਜਾਂਦਾ ਮੇਰਾ ਸਮਾਜ ਪ੍ਰਤੀ ਜੋ ਪਿਆਰ ਅਲਾ ਨਜ਼ਰੀਆ ਹੈ ਇਹ ਮੇਰੀ ਮਾਂ ਪਿਓ ਤੋਂ ਸਿੱਧਾ ਦਾਖਲ ਹੋਇਆ ਹੈ ਇਸੇ ਨੇ ਮੇਰੇ ਵਿੱਚਲੇ ਤਤੇ ਤਤਾਂ ਨੂੰ ਠੰਡਾ ਕਰੀ ਰੱਖਿਆ ਨਹੀਂ ਤਾਂ ਸਮਾਜ ਲਈ ਨੁਕਸਾਨਦਾਇਕ ਹੀ ਹੁੰਦੇ ਨੇ ਮੇਰੇ ਵਰਗੇ ਤੇ ਅਗਲਾ ਕਾਹਨਡਾ ਹੈ ਕੰਬਲਕੁੱਟ ਰਾਂਚੀ ਨੂੰ ਜਾਂਦੇ ਹੋਏ ਅਸੀਂ ਦਿੱਲੀ ਬੰਗਲਾ ਸਾਹਿਬ ਮੱਥਾ ਟੇਕਣ ਚਲੇ ਗਏ ਘੁੰਮਦੇ ਘਮਾਉਂਦੇ ਕਰੀਬ 10 ਵਜੇ ਨੂੰ ਵਾਪਸ ਆ ਗਏ ਸਟੇਸ਼ਨ ਦੇ ਆਰਾਮ ਘਰ ਚ ਬੇਆਰਾਮ ਪਏ ਸੀ ਬੇਰਮੀ ਇਸ ਕਰਕੇ ਕਿਹਾ ਕਿਉਂਕਿ ਉੱਥੇ ਜਗ੍ਹਾ ਸਾਡੇ ਦੇਸ਼ ਵਾਂਗੂ ਘੱਟ ਹੈ ਤੇ ਯਾਤਰੀ ਜ਼ਿਆਦਾ ਨੇ 8-9 ਘੰਟਿਆਂ ਬਾਅਦ ਸਵੇਰੇ ਜਾ ਕੇ ਗੱਡੀ ਨੇ ਤੁਰਨਾ ਭੀੜ ਜ਼ਿਆਦਾ ਸੀ ਢੂਈ ਮਸਾਈ ਫਸ-ਫਸ ਕੇ ਸਿੱਧੀ ਹੋਵੇ ਤੇ ਮੇਰੀ ਅੱਖ ਗੋਲੂ ਦੇ ਬੈਗ ਤੇ ਪਈ ਫਿਰ ਮੇਰੇ ਯਾਰਾਂ ਨਾਲ ਰਲੀ ਗੀਤੀ ਤੇ ਟਿਵਾਣੇ ਨੂੰ ਵੀ ਚੋਰੀ ਚੋਰੀ ਦਾ ਖਾਨ ਚ ਬਹੁਤ ਮਜ਼ਾ ਆਉਂਦਾ ਸੀ ਮੇਰੇ ਬਾਗ ਗੀਤੀ ਬਹੁਤ ਚਲਾਕ ਸੀ ਸਾਡੇ ਤੋਂ ਖੋਈ ਦੀਆਂ ਪਿੰਨੀਆਂ ਲੁਕੋ ਲੈਂਦਾ ਤੇ ਟੁੱਟੇ ਜਿਹੇ ਬਿਸਕਟ ਸਾਰਿਆਂ ਨੂੰ ਖਵਾ ਦਿੰਦਾ ਤੁਰਨ ਲੱਗੇ ਤਾਂ ਜੋ ਸਾਰੇ ਸਮਝਣ ਵੀ ਇਹਦੇ ਕੋਲ ਹੁਣ ਕੁਝ ਨਹੀਂ ਬਚਿਆ ਉਹ ਵੀ ਅਸੀਂ ਆਪਣਾ ਨਿਕਸੋਕ ਤਾਂ ਪਾਣੀ ਪਤਕ ਤੱਕ ਖਤਮ ਕਰਕੇ ਹੀ ਪਾਣੀ ਦੀ ਘੁੱਟ ਪੀ ਲਈ ਸੀ ਅਸੀਂ ਤਿੰਨੋਂ ਜਣੇ ਕਦੋਂ ਦੇ ਬਿੱਲੇ ਝਾਕ ਤੇ ਸੀ ਬਸ ਗੋਲੂ ਹੀ ਜ਼ਿਆਦਾ ਚਲਾਕ ਹੋਣ ਕਰਕੇ ਸਾਡੇ ਸੂਤ ਨਹੀਂ ਸੀ ਆ ਰਿਹਾ ਜਦੋਂ ਬੰਦਾ ਲਕੋਰੀਆ ਹੁੰਦਾ ਫਿਰ ਸਾਨੂੰ ਜ਼ਿਆਦਾ ਮਜ਼ਾ ਆਉਂਦਾ ਚੋਰੀ ਵੈਸੇ ਵੀ ਬਾਦਸੋਂ ਤੋਂ ਪਟਿਆਲੇ ਨੂੰ ਤੁਰਨ ਲੱਗੇ ਗੋਲੂ ਨੇ ਮੈਨੂੰ ਗੋਲ-ਗੋਲ ਪਿੰਨੀਆਂ ਦਾ ਸੁਆਦ ਚਖਾਤਾ ਸੀ ਪਿੰਨੀਆਂ ਹੈਗੀਆਂ ਹੀ ਬਹੁਤ ਸੁਆਦ ਸੀ ਨਿਰੀਆਂ ਖੋਏ ਦੀਆਂ ਗੀਤੀ ਤੇ ਟਵਾਣੇ ਨੂੰ ਮੈਂ ਦੱਸਦਾ ਸੀ ਉਹ ਤਾਂ ਹਲਕੇ ਪਏ ਸੀ ਮੈਨੂੰ ਤਾਂ ਸਿਰਫ ਜਗ੍ਹਾ ਦੀ ਤੰਗੀ ਸੀ ਪਰ ਗੋਲੂ ਨੂੰ ਇੱਕ ਚੋਰੀ ਦਾ ਡਰ ਵੀ ਤੰਗ ਕਰ ਰਿਹਾ ਸੀ ਉਹਨੇ ਬੈਗ ਦੀ ਜ਼ਿੱਪ ਨੂੰ ਛੋਟੀ ਜੀ ਜਿੰਦੀ ਲਾਤ ਸਰਾਣਾ ਵੀ ਬੈਗ ਦਾ ਹੀ ਬਣਾ ਲਿਆ ਉਹਨੂੰ ਗੀਤੀ ਤੇ ਟਿਵਾਣੇ ਤੇ ਤਾਂ ਪੂਰਾ ਸ਼ੱਕ ਸੀ ਪਰ ਮੇਰੇ ਤੇ ਘੱਟ ਪਿੰਡਾਂ ਦੇ ਨੇੜੇ ਹੋਣ ਕਰਕੇ ਉਹ ਵੀ ਉਹ ਮੇਰੇ ਮੇਰਾ ਪਿਆਰ ਕਰਦਾ ਸੀ ਗੀਤੀ ਨੇ ਮੈਨੂੰ ਬਾਹਰ ਆਉਣ ਦੀ ਸਹਿਨਤ ਮਾਰੀ ਉਹ ਦੋਵੇਂ ਜਣੇ ਮੂੰਹ ਕੋਲ ਮੂੰਹ ਕਰਕੇ ਉੱਡੀ ਘਰ ਦੀ ਕੰਧ ਕੋਲ ਬਾਹਰਲੇ ਪਾਸੇ ਬੈਠ ਗਏ ਹਾਲ ਹੀ ਇੱਕ ਦਿਨੇ ਜਮਾ ਇੱਕੋ ਲੈ ਚ ਬੋਲੇ ਓਏ ਕੁੱਤਾ ਜਿਆ ਉਹਕੇ ਫਸੇ ਜਾਣਾ ਉਹਦੇ ਚ ਫਿਰ ਝੁਲਸਲੇ ਪਿੰਨੇ ਪਹਿਲਾਂ ਉਹ ਨੂੰ ਤੇਰੇ ਲੱਗਦੇ ਨੂੰ ਸੌਣ ਨੂੰ ਜਗਾ ਤਾਂ ਛੱਡ ਫੇਰ ਹੀ ਘਰਾੜੇ ਛੱਡੂ ਉਹ ਹੋਈ ਵੀ ਐਵੇਂ ਦਸਾਂ ਕੁ ਮਿੰਟਾਂ ਚ ਗੋਲੂ ਗੋਲ ਜਿਹਾ ਹੋਇਆ ਖੂਕ ਸੌਂ ਗਿਆ ਅਸੀਂ ਚੋਰ ਤੋਰ ਚ ਉਹਦੇ ਕੋਲ ਪਹੁੰਚੇ ਗੀਤੀ ਨੇ ਮੱਲਕ ਦੇਣੇ ਉਹਦੇ ਸਿਰ ਥਲੇ ਹੱਥ ਨਾਲ ਸਹਾਰਾ ਜਿਹਾ ਦੇ ਤਿਵਾਣੇ ਨੇ ਪਲਾਨ ਮੁਤਾਬਕ ਜਿਉਂ ਹੀ ਬੈਗ ਬਾਹਰ ਕੱਢਿਆ ਮੈਂ ਆਪਣੇ ਕੋਲੇ ਪਿਆ ਦੂਜਾ ਬੈਗ ਉਹਦੇ ਸਿਰ ਥਲੇ ਰੱਖਤਾ ਗੋਲੂ ਜਾਗ ਪਿਆ ਪਰ ਫੇਰ ਸੌਂ ਗਿਆ ਇੱਕ ਵਾਰ ਤਾਂ ਅਸੀਂ ਡਰ ਗਏ ਸੀ ਦੇਖਿਆ ਤਾਂ ਸਾਨੂੰ ਹੋਰ ਕਿਸੇ ਨੇ ਵੀ ਹੋ ਪਰ ਖੋਖੋ ਵਾਲਾ ਸੋਨਾ ਤਾਂ ਜਿਵੇਂ ਚੋਰਾ ਨੂੰ ਮੋਰ ਪੈਂਦੇ ਹੁੰਦੇ ਨੇ ਓਵੇਂ ਸਾਡੇ ਵੱਲ ਦੇਖ ਉਂਗਲੀ ਦੇ ਨਾਲ ਨਾਲ ਸਿਰ ਵੀ ਹਿਲਾਇ ਜਾਵੇ ਮੈਂ ਉਹਨੂੰ ਬੁੱਲਾਂ ਤੇ ਉਂਗਲ ਰੱਖ ਕੇ ਬਾਹਰ ਆਉਣ ਦਾ ਇਸ਼ਾਰਾ ਕੀਤਾ ਪਿੰਨੀਆਂ ਇੰਨੀਆਂ ਸਵਾਦ ਸੀ ਕਿ ਅਸੀਂ ਸੁਪੰਜੀ ਰਸ ਗੁਲੀਆਂ ਵਾਂਗੂ ਬਿਨਾਂ ਚਬੇ ਚਮ ਗਏ ਚੋਰਾ ਨੂੰ ਪਿਆ ਮੋਰ ਜਾਨੀ ਸੋਨਾ ਪੰਡਤ ਸਾਡੇ ਬੁਲਾਉਣ ਤੇ ਵੀ ਨਹੀਂ ਸੀ ਆਇਆ ਤੇ ਜਦੋਂ ਅਸੀਂ ਦੂਜੇ ਦਿਨ ਪੁੱਛਿਆ ਤਾਂ ਕਹਿੰਦਾ ਨਾਓ ਭਾਜੀ ਜੇ ਗੋਲੂ ਭਾਜੀ ਨੂੰ ਪਤਾ ਲੱਗ ਜਾਂਦਾ ਕਬੱਡੀ ਵਾਲਿਆਂ 'ਚ ਤਾਂ ਜਾਨ ਵੀ ਬਹੁਤ ਤੇ ਜਦੋਂ ਗੱਡੀ 'ਚ ਜਾਂਦਿਆਂ ਨੇ ਚਾਹ ਪੀਣ ਸਮੇਂ ਆਪਣਾ ਆਪਣਾ ਖਾਣ ਦਾ ਸਮਾਨ ਕੱਢਿਆ ਤਾਂ ਗੋਲੂ ਦੀਆਂ ਗੋਲ-ਗੋਲ ਗੱਲਾਂ ਲਾਲ-ਲਾਲ ਹੋ ਗਈਆਂ ਉਹਨੇ ਮੈਨੂੰ ਬਥੇਰੀਆਂ ਸੋਹਾਂ ਖਵਾਈਆਂ ਵੀ ਦੱਸ ਦੇ ਕਿਹਨੇ ਖਾਧੀਆਂ ਆਪਾਂ ਵੀ ਸੋਹਾਂ ਵਾਲੀ ਝੜੀ ਲਾਤੀ ਲਾ ਕੁੱਟੀ ਵਾਲੀ ਲਾ ਕੁੱਟੀ ਵਾਲੇ ਬਾਬਿਆਂ ਤੋਂ ਲੈ ਕੇ ਕੋਈ ਪੀਰ ਪਗੰਬਰ ਨਹੀਂ ਬਖਸ਼ਿਆ ਐਵੇਂ ਹੋਰ ਕਿਸੇ ਦੀ ਚੀਜ਼ ਹੁੰਦੀ ਤਾਂ ਦੱਸ ਵੀ ਦਿੰਦੇ ਗੋਲੂ ਜਾਨ 'ਚ ਤਕੜਾ ਸੀ ਡਰ ਦੇ ਮਾਰੇ ਚੁੱਪ ਹੀ ਰਿਹਾ ਉਹ ਲੂਰੀਆਂ ਦਿੰਦਾ ਫਿਰੇ ਗੀਤੀ ਵਾਲਾ ਬੈਗ ਤਾਂ ਉਹਨੇ 3-4 ਵਾਰ ਫੇਰੋ ਲਿਆ ਉਹਨੂੰ ਇਹ ਸੀ ਵੀ ਸਾਰੀਆਂ ਪਿੰਨੀਆਂ ਇੱਕੋ ਜਣੇ ਨੇ ਤਾਂ ਖਾਧੀਆਂ ਨਹੀਂ ਹੋਣੀਆਂ ਆਪਦੀ ਜਾਨ ਚੋ ਸਹੀ ਸੋਚ ਰਿਆ ਸੀ ਆਖਰਕਾਰ 2 ਢਾਈ ਕਿਲੋ ਨਿਰਖ ਖੋਆ ਇੱਕੋ ਹੱਲੇ ਇੱਕ ਬੰਦੇ ਲਈ ਖਾਣਾ ਸੌਖਾ ਕੰਮ ਨਹੀਂ ਪਰ ਉਹਨੂੰ ਕੀ ਪਤਾ ਸੀ ਵੀ ਇਹ ਚੋਰ ਗਰੋ ਹੈ ਤੇ ਕਿੰਨੇ ਤਜਰਬੇਕਾਰ ਹੈ ਖੈਰ ਅਸੀਂ ਰਾਂਚੀ ਆਪਣੀ ਮੰਜ਼ਿਲ ਤੇ ਪਹੁੰਚ ਗਏ ਸੀ ਅਸੀਂ ਰਾਤ ਕੱਟੀ ਪਰ ਬਹੁਤ ਮੱਛਰਾਂ ਚ ਪਾਨ ਦੀਆਂ ਪਚਕਾਰੀਆਂ ਨੇ ਕੰਧਾਂ ਲਾਲ ਗੁਲਾਲ ਕਰ ਰੱਖੇਆਂ ਸੀ ਜਿਵੇਂ ਪਾਨ ਖਾਣਾ ਉਥੇ ਕਲਾਸਰੂਮ ਚ ਆਮ ਹੋ ਗਏ ਮਾੜੀ ਜੀ ਅੱਖ ਲੱਗੀ ਪਰ ਉਹ ਵੀ yogi ਘੱਗੇ ਦੀ ਚੱਪ-ਚੱਪ ਨਹੀਂ ਖੋਲਦੀ ਕੱਲਾ ਹੀ ਬੈਠਾ ਖੋਆ ਖਾਵੇ ਜਦੋਂ ਮੈਂ ਉੱਠ ਕੇ ਕੋਲ ਗਿਆ ਤਾਂ ਪਤੰਦਰ ਨੇ ਜਿਹੜੀ ਪਿੰਨੀ ਹੱਥਾਂ ਚ ਸੀ ਉਹ ਵੀ ਮੂੰਹ ਚ ਪਾ ਲਈ ਦਮ ਦੇਣੇ ਮੈਂ ਕੋਈ ਵੀ ਪਰ ਗੱਲ ਨਹੀਂ ਬਣੀ ਕਹਿੰਦਾ ਆਹੀ ਤੇ ਮੰਗੇ ਸੌਂਧ ਵਾਲਾ ਪਰ ਉਹ ਟੈਚੀ ਨੂੰ ਸਹਰਾਣੇ ਰੱਖੀ ਪਿਆ ਸੀ ਜਿਵੇਂ ਬਜ਼ੁਰਗਔਰਤਾਂ ਸਟੇਸ਼ਨ ਤੇ ਸਮਾਨ ਚੋਰੀ ਹੋਣ ਦੇ ਡਰੋਂ ਪਈਆਂ ਹੁੰਦੀਆਂ ਨੇ ਬਸ ਫੇਰ ਮੈਨੂੰ ਨਾ ਮਛਰਾਂ ਨੇ ਸੌਣ ਦਿੱਤਾ ਨਾ yogi ਦੀ ਟੈਚੀ ਨੇ ਮੈਗੀਤੀ ਨੂੰ ਦੱਸਿਆ ਤਾਂ ਉਹ ਵੀ ਐਂ ਬੈਠਾ ਹੋ ਗਿਆ ਜਿਵੇਂ ਜਾਗਦਾ ਹੀ ਹੋਵੇ। ਉਹਨੇ ਟਿਵਾਣੀ ਨੂੰ ਠਾਲ ਕੇ ਗਰੋ ਪੂਰਾ ਕਰ ਲਿਆ। ਪਾਲਾ ਹੁੱਡਲਾ ਵੀ ਅੱਖਾਂ ਦੀਆਂ ਮਲਦਾ ਉੱਠ ਖੜਿਆ ਤੇ ਕਹਿੰਦਾ ਸੌਂ ਜੋ ਯਾਰ। ਮੈਂ ਤਾਂ ਰੇਡਾਂ ਵੀ ਵੱਧ ਪਾਉਣੀਆਂ ਨੇ। ਪਰ ਜਦੋਂ ਪਿੰਨੀਆਂ ਦੀ ਗੱਲ ਸੁਣੀ ਉਹ ਦੋ ਬਹਿ ਗਿਆ ਪਚੱਕੀ ਮਾਰ ਕੇ। ਗੀਤੀ ਕਹਿੰਦਾ ਐਂ ਨਹੀਂ ਐਂ ਠੀਕ ਹੋਣਾ। ਕੰਬਲ ਪਾਓ ਫੇਰ ਫੇਰ ਆਉਂ ਲੋਟ ਸਾਲਾ ਝੂਠ ਬੋਲਦਾ ਸੀ ਖਤਮ ਹੋ ਗਈਆਂ। ਕੰਬਲ ਕੁੱਟ ਖੇਡਾਂ ਦੀ ਦੁਨੀਆ 'ਚ ਇੱਕ ਬਹੁਤ ਭਿਆਨਕ ਹਥਿਆਰ ਆ। ਇੱਕ ਸਰੋਤੇ ਤੇ ਪਾਇਆ ਜਾਂਦਾ ਹੈ ਜਿਹੜਾ ਜਾਂ ਤਾਂ ਫालतू ਦੀ ਹਵਾ ਕਰਦਾ ਹੋਵੇ ਤੇ ਜਾਂ ਫਿਰ ਕੋਚਾਂ ਕੋਲ ਚੁਗਲੀ ਕਰਦਾ ਹੋਵੇ ਕਈ ਵਾਰੀ ਇਹਨੂੰ ਨਿੱਜੀ ਰੰਜਿਸ਼ ਕੱਢਣ ਲਈ ਵੀ ਵਰਤ ਲੈਂਦੇ ਨੇ ਪਰ ਇੱਕ ਕੁੱਟ ਹੈ ਬਹੁਤ ਭੈੜੀ ਬੰਦੇ ਦੇ ਅਚਾਨਕ ਕੰਬਲ ਪਾ ਕੇ ਉੱਠਣ ਹੀ ਨਹੀਂ ਦਿੰਦੇ ਨਾ ਪਤਾ ਚੱਲਦਾ ਚਾਦਰ ਪਾਉਣ ਵਾਲਾ ਕੌਣ ਨਾ ਪਤਾ ਲੱਗਦਾ ਕਿਹਨੇ ਕੀ ਮਾਰਿਆ ਕਿੰਨੀਆਂ ਕੁ ਮਾਰੀਆਂ ਬਸ ਪੈਣ ਦੇ ਜਿੱਥੇ ਪੈਂਦੀ ਹੈ ਜਿਹਦੇ ਪੈਂਦੀ ਹੈ ਉਹ ਚੁੱਪਚਾਪ ਖਾਈ ਜਾਂਦਾ ਹੈ ਉਸ ਰਾਤ yogi ਦੀ ਵਾਰੀ ਆ ਗਈ ਸੀ ਕਮਾਲ ਦੀ ਗੱਲ ਸੀ ਵੀ ਜਦੋਂ yogi ਦੀ ਚਾਦਰ ਕੁੱਟ ਹੋ ਰਹੀ ਸੀ ਉਦੋਂ ਜਿੰਨੇ ਬੰਦੇ ਕਮਰੇ 'ਚ ਸੁੱਤੇ ਪਏ ਸਾਰੇ ਉੱਠ ਕੇ ਕੁੱਟਣ ਲੱਗ ਪਏ ਬਿਨਾਂ ਇਹ ਜਾਣੇ ਕਿ ਕਿਉਂ ਕੁੱਟਿਆ ਜਾ ਰਿਹਾ ਤੇ ਕੌਣ ਹੈ ਜਿਹਦੇ ਕੰਬਲ ਕੁੱਟ ਹੋ ਰਹੀ ਹੈ ਚੱਲ ਰਹੀ ਇਸ ਕਾਰਵਾਈ 'ਚ ਗੀਤੀ ਨੇ yogi ਦੀ ਟੈਚੀ ਕੇਸ ਪਰ ਹਮਾਰੀ ਭਗਾ ਬੱਲਬ ਬੰਦ ਹੋਣ ਕਰਕੇ ਨੇਰੇ 'ਚ ਕਿਸੇ ਨੂੰ ਪਤਾ ਨਾ ਚੱਲਿਆ ਨਾ ਰੌਲੇ 'ਚ ਖੜਕਾ ਹੋਇਆ ਖੜਕਾ ਤਾਂ ਸਿਰ ਥੱਪੜਾਂ ਦਾ ਹੀ ਹੋ ਰਿਆ ਸੀ ਜਿਹੜੇ ਯੋਗੀ ਦੇ ਵੱਜ ਰਹੇ ਸੀ ਇਹ ਕਾਰਵਾਈ ਮਸਾ ਤਿੰਨ ਚਾਰ ਮਿੰਟ ਚੱਲੀ ਹੋਊ ਸਾਰਿਆਂ ਨੇ ਚਾਦਰ ਯੋਗੀ ਦੇ ਉੱਪਰ ਛੱਡ ਕੇ ਆਪਣੇ ਆਪਣੇ ਬਿਸਤਰੇ ਮਲ ਲਏ ਯੋਗੀ ਬਧੇਰੀਆਂ ਗਾਲਾਂ ਕੱਢੇ ਪਰ ਕੋਈ ਨਾ ਬੋਲੇ ਉਹਨੇ ਜਦੋਂ ਬਲਮ ਚਾਇਆ ਸਾਰੇ ਆਏ ਕੰਬ ਜੀ ਮਲਣ ਲੱਗੇ ਜਿਵੇਂ ਹੁਣੇ ਬਸ ਲਾਈਟ ਜਗਰ ਨਾਲ ਹੀ ਉੱਠੇ ਹੋਣ ਜੀਤੀ ਨੇ ਛਾਲ ਮਾਰੀ ਯੋਗੀ ਦੀ ਟੈਚੀ ਕੋਲ ਵਗਾ ਕੇ ਪਰੇ ਮਰਨ ਨਾਲ ਟੈਚੀ ਖੁੱਲੀ ਖੁੱਲੀ ਗਈ ਸੀ ਪਿੰਨੀਆਂ ਰੁੜੀਆਂ ਪਈਆਂ ਸੀ ਬਸ ਫੇਰ ਕੀ ਅਸੀਂ ਵੀ ਪੈ ਗਏ ਭੁਖੜਾ ਵਾਂਗ ਹੁਣ yogi ਗਾਲਾਂ ਕੱਢਣੀਆਂ ਬੰਦ ਕਰਕੇ ਆਪ ਵੀ ਕੁੱਦ ਪਿਆ ਸੀ ਮੈਦਾਨ 'ਚ ਬਈ ਜੋ ਹੱਥ ਲੱਗੇ ਉਹੀ ਸਹੀ ਇੱਕ ਪਿੰਨੀ ਤਾਂ ਜਿਵੇਂ ਮੇਰੇ ਮੂੰਹ 'ਚੋਂ ਹੀ ਕੱਢ ਲਈ ਸੀ ਉਹਨੇ ਇੰਨੀ ਜ਼ੋਰ ਦੀ ਝਪਟ ਮਾਰੀ ਸਾਲੇ ਨੇ ਬੁੱਲਾਂ 'ਚ ਲਹੂ ਕੱਢਦਾ ਸੀ ਕਾਫੀ ਧੀਰ ਕਸਮਾਨ ਪੈਂਦਾ ਰਿਹਾ ਖੋਖੋ ਵਾਲੇ ਕੋਚ ਸਾਹਿਬ ਦੇ ਘੁਰਨ ਤੋਂ ਬਾਅਦ ਟਿਕੇ ਅਸੀਂ yogi ਕਹਿੰਦਾ ਭੁੱਲ ਜਾ ਬਈ ਬਦਲਾ ਨਹੀਂ ਲਊ ਜਿਹੜੇ ਨਾਲ ਹੋ ਜਾਂਦੇ ਉਹ ਤਾਂ ਸੁਰਖਰੂ ਹੋ ਜਾਂਦਾ ਪਰ ਜਿਨ੍ਹਾਂ ਨੂੰ ਬਦਲਾ ਲੈਣ ਲਈ ਚੈਲੰਜ ਦਿੱਤਾ ਹੁੰਦਾ ਉਹਨਾਂ ਤੇ ਬਹੁਤ ਸਹਿਮ ਬਣਿਆ ਰਹਿੰਦਾ ਤੇ ਸਾਡੇ ਨਾਲ ਵੀ ਇਹੋ ਸੀ ਧੰਨਵਾਦ